ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਸੀਰਤ ਚੀਮਾ ਤੇ ਕਿਦਾਂ ਗਾਇਸ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਸੋ ਅਸੀਂ ਕੋਠੇ ਤੇ ਚੜ੍ਹੇ ਹੋਏ ਹਾਂ ਤੇ ਵਿਖਾਉਂਦੇ ਹਾਂ ਤੁਹਾਨੂੰ ਇਹਨਾਂ ਨੇ ਤੇ ਆਪਣਾ ਕੰਮ ਸ਼ੁਰੂ ਕੀਤਾ ਚਿਪ ਚੁਪਸ ਲੱਗੇ ਮਾਰੋ ਮਾਰ ਸਾਡੇ ਅੱਜ ਲੱਗੇ ਹੋਏ ਪੇਂਟਰ ਅੱਜ ਨਹੀਂ ਲੱਗੇ ਦੋ ਤਿੰਨ ਦਿਨ ਹੋ ਗਏ ਨੇ ਲੱਗੇ ਨੇ ਸੋ ਜਦੋਂ ਸਾਰਾ ਕੰਪਲੀਟ ਹੋ ਜਾਏਗਾ ਪੇਂਟ ਨਾ ਤੁਸੀਂ ਵੇਖਿਆ ਹੀ ਹੈ ਕਾਫੀ ਵੀਡੀਓ ਜਿਹੜੇ ਬਾਰ ਬਾਰ ਵਾਲੀ ਸਾਈਡ ਹੈ ਨਾ ਉਹ ਸਾਰਾ ਖਰਾਬ ਹੋ ਗਿਆ ਸੀ ਸਾਡਾ ਪੇਂਟ ਸੋ ਅਸੀਂ ਇਸ ਕਰਕੇ ਪੇਂਟ ਉੱਤੇ ਤਾਂ ਠੀਕ ਸੀ ਵੈਸੇ ਬਟ ਫਿਰ ਸਾਰੇ ਨੂੰ ਕਰਾਉਣਾ ਸੀਗਾ ਸੋ ਇਹ ਪੇਂਟ ਕਰ ਰਹੇ ਆ ਜਦੋਂ ਪੇਂਟ ਕੰਪਲੀਟ ਹੋ ਜਾਏਗਾ ਫਿਰ ਸੋਚ ਰਹੇ ਹਾਂ ਵੀ ਤੁਹਾਡੇ ਬਹੁਤ ਸਾਰੇ ਕਮੈਂਟਸ ਸੀਗੇ ਕਿ ਆਪਣਾ ਹੋਮ ਟੂਰ ਦੁਬਾਰਾ ਕਰੋ ਸੋ ਆਪਾਂ ਵਿਖਾਵਾਂਗੇ ਤੁਹਾਨੂੰ ਆਪਣਾ ਹੋਮ ਟੂਰ ਜਦੋਂ ਸਾਰਾ ਰੈਡੀ ਹੋ ਜਾਂਦਾ ਤੁਸੀਂ ਕਮੈਂਟ ਕਰਕੇ ਦੱਸਿਓ ਹੋਮ ਟੂਰ ਦਾ ਅਸੀਂ ਬਣਾਈਏ ਵਲੋਗ ਨਾ ਬਣਾਈਏ ਜੇ ਤੁਸੀਂ ਕਹੋਗੇ ਤਾਂ ਅਸੀਂ ਸਾਰੇ ਘਰ ਦਾ ਉੱਤੇ ਥੱਲੇ ਸਾਰਾ ਨਾ ਦੋਵੇਂ ਪੋਰਸ਼ਨਸ ਦਾ ਪਹਿਲਾਂ ਆਪਾਂ ਥੱਲੇ ਥੱਲੇ ਬਣਾਉਣਾ ਤੂੰ ਦੱਸ ਬਈ ਪਹਿਲਾਂ ਕਿਹਨੇ ਬਣਾਇਆ ਕਿਹਨੇ ਬਣਾਇਆ ਪੇਂਟਰ ਪੇਂਟਰ ਇਹ ਤੇਰਾ ਕੰਮ ਲੱਗਦਾ ਮੈਨੂੰ ਹੋਰ ਕੌਣ ਮੈਨੂੰ ਤੇਰਾ ਹੀ ਕੰਮ ਲੱਗਦਾ ਪੇਂਟਰ ਇੰਨੇ ਵਿਹਲੇ ਥੋੜ੍ਹੀ ਨੇ ਪੇਂਟਰ ਤੇ ਬਿਜ਼ੀ ਬੰਦੇ ਨੇ ਸੋ ਗਾਇਸ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਹੋਮ ਟੂਰ ਚਾਹੀਦਾ ਅੱਛਾ ਪੂਰਾ ਮਜ਼ਾ ਆਉਂਦਾ ਵਾ ਚਲੋ ਕੱਢੀ ਜਾਓ ਕੜਾਕੇ ਫਿਰ ਦੱਬ ਕੇ ਚੱਲਣ ਦੇ ਕੰਮ ਬਿਲਕੁਲ ਪੈਸੇ ਲਾਉਣੇ ਨੇ ਕੜਾਕੇ ਦੇ ਨਿਕਲਣੇ ਚਾਹੀਦੇ ਨੇ ਚਮਕਾ ਦੇ ਘਰ ਨੂੰ ਸੋ ਹੁਣ ਆਪਾਂ ਚੱਲੇ ਹਾਂ ਥੱਲੇ ਅਤੇ ਫਤਿਹ ਨੇ ਕੀਤਾ ਇੱਕ ਕਾਰਨਾਮਾ ਅਤੇ ਉਹ ਕਾਰਨਾਮੇ ਬਾਰੇ ਵੀ ਦੱਸਦੇ ਹਾਂ ਤੁਹਾਨੂੰ ਚਿਪਸ ਦੇ ਕੇ ਕਾਰਨਾਮਾ ਸੁਣ ਕੇ ਸੋ ਆਪਾਂ ਉਹ ਤੁਹਾਨੂੰ ਦੱਸਾਂਗੇ ਉਹਦੇ ਬਾਰੇ ਵੀ ਅਤੇ ਸਾਡਾ ਉੱਤੋਂ ਵਿਊ ਸਾਡੀ ਪਾਰਕ ਸਾਡੀਆਂ ਗਾਵਾਂ ਵੀ ਨੇ ਸਾਡਾ ਡੰਗਰਾਂ ਵਾਲਾ ਸਾਰਾ ਸਿਸਟਮ ਡੰਗਰਾਂ ਵਾਸਤੇ ਬਣਾਇਆ ਆਪਾਂ ਹੈ ਤਾਂ ਦੋ ਹੀ ਨੇ ਸਾਡੇ ਕੋਲ ਇੱਕ ਬੱਚੀ ਹੈ ਛੋਟੀ ਇੱਕ ਵੱਡੀ ਗਾਂ ਹੈ ਸਾਡੀ ਚਲੋ ਉਹ ਸਾਹਮਣੇ ਸਾਡੇ ਤਾਂ ਚਲੋ ਚੱਲੀਏ ਲੇਕਿਨ ਮੈਂ ਬੋਲਦਾ ਥੱਲੀਏ ਚਲੋ ਥੱਲੀਏ ਹੋ ਜਾਂਦਾ ਥੱਲੀਏ ਕਈ ਵਾਰ ਬੰਦਾ ਐਵੇਂ ਦੀ ਗੱਲਾਂ ਕਰਦਾ ਚਲੋ ਥੱਲੇ ਚਲੋ ਮਮਾ ਤੁਸੀਂ ਕੀ ਕਰਦੇ ਪਏ ਹੋ ਬੇਟਾ ਤੁਸੀਂ ਸਾਰੇ ਹੋ ਗਏ ਹੋ ਰੈਡੀ ਤੇ ਮੈਂ ਰੈਡੀ ਨਹੀਂ ਹੋਣਾ ਹੈਗਾ ਮੈਂ ਵੀ ਆਪਣੀ ਸਕਿਨ ਵਾਸਤੇ ਕੁਝ ਕਰ ਲਵਾਂ ਆ ਕੀ ਇਹ ਵੇ ਵਾਓ ਸਕਿਨ ਸਾਇੰਸ ਦਾ ਉਪਟਨ ਫਾਰਮਿੰਗ ਫੇਸ ਵਾਸ਼ ਜੋ ਕਿ ਹੁਣ ਮੈਂ ਯੂਜ਼ ਕਰਾਂਗੀ ਓਕੇ ਇਸ ਫੇਸ ਵਾਸ਼ ਦੇ ਨਾਲ ਸਾਨੂੰ ਮਿਲਦਾ ਹੈ ਸੌਫਟ ਸਿਲੀਕੋਨ ਬ੍ਰਸ਼ ਜੋ ਕਿ ਸਾਡੀ ਸਕਿਨ ਨੂੰ ਡੀਪਲੀ ਕਲੀਨ ਕਰਦਾ ਹੈ ਤੇ ਸਾਡੀ ਕੰਪਲੈਕਸ਼ਨ ਨੂੰ ਵੀ ਕਲੀਅਰ ਕਰਦਾ ਹੈ ਇਹਨੂੰ ਯੂਜ਼ ਕਰਨਾ ਬਹੁਤ ਹੀ ਈਜ਼ੀ ਹੈ ਅਤੇ ਮੈਨੂੰ ਬਹੁਤ ਹੀ ਮਜ਼ਾ ਆਉਂਦਾ ਇਹਨੂੰ ਯੂਜ਼ ਕਰਕੇ ਹੁਣ ਮੈਂ ਫੇਸ ਵਾਸ਼ ਤੋਂ ਬਾਅਦ ਯੂਜ਼ ਕਰਾਂਗੀ ਵਾਓ ਸਕਿਨ ਸਾਇੰਸ ਦਾ ਉਪਟਨ ਫੇਸ ਐਂਡ ਬੋਡੀ ਸਕ੍ਰਬ ਸਕ੍ਰਬ ਸਾਡੀ ਸਕਿਨ ਲਈ ਬਹੁਤ ਜ਼ਰੂਰੀ ਹੈ ਇਹਨੂੰ ਅਸੀਂ ਆਪਣੇ ਫੇਸ 'ਤੇ ਬੋਡੀ 'ਤੇ ਹੈਂਡਸ 'ਤੇ ਲੈਗ 'ਤੇ ਸਰਕੂਲਰ ਮੋਸ਼ਨ ਦੇ ਵਿੱਚ ਅਸੀਂ ਯੂਜ਼ ਕਰਨਾ ਅਸੀਂ ਫੇਸ 'ਤੇ ਤਾਂ ਯੂਜ਼ ਕਰ ਲੈਂਦੇ ਹਾਂ ਸਕ੍ਰਬ ਬਟ ਅਸੀਂ ਆਪਣੀ ਬੋਡੀ ਨੂੰ ਇਗਨੋਰ ਕਰ ਦਿੰਦੇ ਹਾਂ ਜੋ ਕਿ ਨਹੀਂ ਕਰਨਾ ਚਾਹੀਦਾ ਹੈਗਾ ਸਕ੍ਰਬ ਸਾਡੀ ਸਕਿਨ ਨੂੰ ਸੋਫਟ ਐਂਡ ਸਮੂਥ ਬਣਾਉਣ ਵਿੱਚ ਹੈਲਪ ਕਰਦਾ ਹੈ ਅਤੇ ਜਿਹੜੀ ਸਾਡੀ ਡਲ ਸਕਿਨ ਹੁੰਦੀ ਹੈ ਉਸਨੂੰ ਰਿਮੂਵ ਕਰ ਦਿੰਦਾ ਲਾਸਟ ਵਿੱਚ ਮੈਂ ਯੂਜ਼ ਕਰਾਂਗੀ ਵਾਓ ਸਕਿਨ ਸਾਇੰਸ ਦਾ ਉਪਟਨ ਫੇਸ ਐਂਡ ਬੋਡੀ ਪੈਕ ਜੋ ਕਿ ਫੇਸ ਦੇ ਨਾਲ ਨਾਲ ਅਸੀਂ ਆਪਣੀ ਬੋਡੀ 'ਤੇ ਵੀ ਯੂਜ਼ ਕਰ ਸਕਦੇ ਹਾਂ ਇਹਦੇ ਨਾਲ ਇੱਕ ਸਪੈਚੁਲਾ ਵੀ ਮਿਲਦਾ ਹੈ ਬਟ ਮੈਂ ਇਸਨੂੰ ਆਪਣੀ ਫਿੰਗਰ ਦੀ ਟਿਪ ਦੇ ਨਾਲ ਹੀ ਅਪਲਾਈ ਕਰਾਂਗੀ ਫੇਸ ਪੈਕ ਨੂੰ ਅਸੀਂ ਆਪਣੇ ਫੇਸ 'ਤੇ ਐਂਡ ਬੋਡੀ ਦੇ ਉੱਪਰ 15 ਮਿੰਟ ਤੱਕ ਲਗਾ ਕੇ ਰੱਖਾਂਗੇ ਇਹ ਸਾਡੀ ਸਕਿਨ ਦੇ ਪੋਰਸ ਨੂੰ ਮਿਨੀਮਾਈਜ਼ ਕਰਨ ਵਿੱਚ ਹੈਲਪ ਕਰਦਾ ਅਤੇ ਸਾਨੂੰ ਕਲੀਅਰ ਐਂਡ ਗਲੋਇੰਗ ਸਕਿਨ ਦਿੰਦਾ ਵਾਓ ਦੇ ਪ੍ਰੋਡਕਟਸ ਦੀ ਖਾਸ ਗੱਲ ਇਹ ਹੈ ਕਿ ਇਹ ਨੈਚੁਰਲ ਇਨਗਰੀਡੀਅੰਟਸ ਨਾਲ ਬਣੇ ਹੋਏ ਨੇ ਔਰ ਜੇਕਰ ਤੁਸੀਂ ਇਹਨਾਂ ਦੀ ਔਥੈਂਟਿਸਿਟੀ ਚੈੱਕ ਕਰਨਾ ਚਾਹੁੰਦੇ ਹੋ ਤਾਂ ਪੈਕ ਦੇ ਪਿੱਛੇ QR ਕੋਡ ਦਿੱਤਾ ਹੋਇਆ ਤੁਸੀਂ ਇਹਨੂੰ ਸਕੈਨ ਕਰਕੇ ਇਹਦੀ ਔਥੈਂਟਿਸਿਟੀ ਚੈੱਕ ਕਰ ਸਕਦੇ ਹੋ ਤੁਸੀਂ ਵਾਓ ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਤੇ ਵਾਓ ਦੀ ਵੈਬਸਾਈਟ ਤੋਂ ਵੀ ਪ੍ਰੋਡਕਟਸ ਪਰਚੇਸ ਕਰ ਸਕਦੇ ਹੋ ਬੀ ਵਾਓ ਨੈਚੁਰਲੀ ਹੇਅਰ ਵਾਸ਼ ਕੀਤੇ ਸਨ ਤਾਂ ਇਹਨੇ ਕੀ ਕੀਤਾ ਆਪਣੇ ਸਾਰੇ ਵਾਲਾਂ ਦੇ ਵਿੱਚ ਚਿੰਗਮ ਸਾਰੇ
ਪਿੱਛੇ ਵੀ ਅੱਗੇ ਕਈ ਜਗ੍ਹਾ ਤੇ ਇਹਨੇ ਲਾਈ ਕਿਵੇਂ ਸੀ ਮੈਨੂੰ ਤੇ ਆਈ ਨਹੀਂ ਸਮਝ ਆਈ ਐ ਨਾ ਆਦੇ ਜਿੰਗਮ ਚਬਾਂਦਾ ਚਬਾਂਦਾ ਨਾ ਐਵੇਂ ਖਿੱਚ ਖਿੱਚ ਕੇ ਗੰਦੇ ਬੱਬਲ ਇੱਕਦਮ ਮੇਰੀ ਬੱਬਲ ਫੁਲਾਇਆ ਤੇ ਪੁੱਤ ਨਹੀਂ ਹੋਇਆ ਇੱਕਦਮ ਵਾਹਿਗੁਰੂ ਜਾਣੇ ਨੇ ਕੀ ਕੀਤਾ ਤੇ ਆ ਦੇਖੋ ਫਰੈਂਡ ਫੇਰ ਨਾ ਹੀ ਦੇਣਾ ਸਾਨੂੰ ਨਾ ਫਤਿਹ ਰੁਕ ਜਾ ਬਸ ਹੁਣ ਜਿਹੜਾ ਤੂੰ ਕੰਮ ਕਰਨਾ ਸੀ ਕਰ ਲਿਆ ਹੁਣ ਅੱਗੇ ਤੋਂ ਕਰੇਗਾ ਤੇ ਨਾ ਓ ਨੋ ਸੌਰੀ ਇਹਨੇ ਕੱਟ ਚਾ ਨਹੀਂ ਨਹੀਂ ਇਹ ਇੱਥੇ ਨਹੀਂ ਇੱਥੋਂ ਵੀ ਤੇ ਲੱਗਦਾ ਆ ਦੇਖੋ ਫਰੈਂਡਸ ਇਹਦੇ ਨਾ ਪੂਰੀ ਲੇਟੀ ਇੱਥੋਂ ਕੱਟਣੀ ਪਈ ਇੰਨੇ ਜ਼ਿਆਦਾ ਵਾਲ ਕੱਟ ਕਰਨੇ ਪਏ ਸਨ ਵਾਹ ਬੋਲਦਾ ਸੌਰੀ ਇਹ ਪੂਰੀ ਕੱਟਦਾ ਤੇ ਇਧਰੋਂ ਦੇਖਿਓ ਬੱਚੀ ਪੱਗੇ ਹੁਣ ਚਿੰਗਮ ਉਤਰਦੀ ਤੇ ਇਧਰੋਂ ਦੇਖੋ ਇਹ ਵਾਲੇ ਵੀ ਕੱਟ ਕਰਨੇ ਪਏ ਉਹ ਪਟਕੇ ਚੋਂ ਨਿਕਲ ਜਾਂਦੇ ਨੇ ਹਨਾ ਇੱਧਰ ਦੇ ਬੇਵਕੂਫੀ ਐਵੇਂ ਦੀ ਕਦੀ ਇੱਧਰਲੇ ਥੋੜੇ ਲੰਮੇ ਹੋ ਗਏ ਕਿੱਧਰ ਕਿੱਧਰ ਸਾਰੇ ਪਾਸੇ ਤੇ ਆ ਵੀ ਇੱਥੋਂ ਇੱਕ ਸਾਈਡ ਤੋਂ ਦੇਖੋ ਏਡੇ ਲੰਮੇ ਤੇ ਇੱਥੋਂ ਦੇਖੋ ਆ ਵੀ ਸਾਰੇ ਕੱਟ ਕਰਨੇ ਪਏ ਇਹਨੇ ਇੰਨਾ ਦੁਖੀ ਕੀਤਾ ਨਾ ਹੁਣ ਅੱਗੇ ਤੋਂ ਚਵਿੰਗਮ ਖਾਏਗਾ ਹੈ ਫਤਿਹ ਖਾਏਗਾ ਚਵਿੰਗਮ ਇਹ ਚਵਿੰਗਮ ਖਾਂਦੇ ਨੇ ਤੇ ਨਹੀਂ ਬੇਟਾ ਇੱਕ ਗੱਲ ਸੁਣ ਉਹ ਦੀਦੀ ਨੇ ਤੇ ਮੰਮਾ ਤੇ ਨੇ ਗੱਲ ਦੱਸਾ ਇਹਨਾਂ ਨੇ ਵੀ ਚਵਿੰਗਮ ਖਾਦੀ ਇਹਨਾਂ ਨੇ ਕੰਦ ਤੇ ਲਾਈ ਹੋਣੀ ਤੇ ਮੇਰੇ ਵਾਲ ਲੱਗ ਹਾਂ ਤੇਰੇ ਕੰਦ ਅੱਛਾ ਉਹਨੇ ਕੰਦ ਤੇ ਕੰਦਾ ਦੇ ਬੇਟਾ ਤੂੰ ਆਪ ਹੀ ਲਾਣਾ ਤੇਰੇ ਕੰਮ ਵੇਖ ਲੈਣੇ ਪੁੱਠੇ ਵਾਰੀ ਵਾਰੀ ਨਾ ਵੇਖਿਆ ਜਦੋਂ ਲੇਟ ਹੁਣ ਫਿਰ ਹੁੰਦਾ ਸੀ ਵੀ ਕਿਸੇ ਨੂੰ ਦੱਸਿਆ ਜੇ ਨਾ ਦੱਸੀਏ ਕਿਉਂ ਨਾ ਗਲਤ ਹਰਕਤ ਕਰੇਗਾ ਹੁਣ ਸੌਰੀ ਬੋਲ ਦੋ ਤਿੰਨ ਦਿਨ ਪਾਪਾ ਨੂੰ ਦੱਸਣ ਨਾ ਦਿੱਤਾ ਸੌਰੀ ਬੋਲ ਮਿੰਦੇ ਦੋ ਤਿੰਨ ਦਿਨ ਬਾਅਦ ਪਤਾ ਲੱਗਿਆ ਸੌਰੀ ਬੋਲ ਹੁਣ ਜਲਦੀ ਸਾਰੇ ਸਾਹਮਣੇ ਸੌਰੀ ਬੋਲ ਗਈ ਅੱਜ ਤੋਂ ਬਾਅਦ ਮੈਂ ਇਹਦਾ ਕੰਮ ਨਹੀਂ ਕਰਾਂਗਾ ਮੈਨੂੰ ਵਾਲ ਨਹੀਂ ਵੱਢਣੇ ਪੈਣਗੇ ਮੈਂ ਤਾਂ ਉਹਨੇ ਥੋੜੇ ਛੋਟੇ ਟੁਕੜੇ ਟੁਕੜੇ ਕਰਕੇ ਤੇਲ ਲਗਾਣੀ ਹੁਣ ਵਾਲ ਨਹੀਂ ਵੱਢਣੇ ਪੈਣਗੇ ਇਹਨੇ ਵਾਲ ਵਧਾਣੀ ਆ ਇਹਨੇ ਸੁਣ ਗਏ ਕਿੰਨੇ ਲੰਮੇ ਵਾਲ ਨੇ ਇਹਨੇ ਤੇ ਕੁੜੀਆਂ ਦੇ ਲੰਮੇ ਨਹੀਂ ਹੁੰਦੇ ਵਾਲ ਇਹ ਨਾਸ ਮਾਰ ਦਿੰਦੇ ਨੇ ਵਾਲਾਂ ਦਾ ਚਲ ਹੁਣ ਮੈਂ ਤਾਂ ਚੰਪੀ ਕਰਵਾ ਚੁੱਕੀ ਹਾਂ ਬੋਟੇ ਵਾਲੂ ਦੇ ਵਾਲ ਲੰਮੇ ਨੇ ਵਾਲ ਇਹ ਨਾ ਸਾਡੇ ਫਰੈਂਡ ਹੀ ਨੇ YouTube ਦੇ ਉੱਪਰ ਸਬਸਕ੍ਰਾਈਬਰ ਨੇ ਉਹ ਨਾ ਸਾਨੂੰ ਨਾ ਬਹੁਤ ਕਮੈਂਟ ਕਰਦੇ ਨੇ YouTube ਤੇ ਵੀ ਉਹਨਾਂ ਨੇ ਕੀਤੇ ਪਹਿਲਾਂ ਤੇ ਨਾ ਮੈਂ ਥੋੜਾ ਕਰੀਗੀ ਵੀ ਮੈਂ ਇਹੋ ਜਿਹਾ ਕੋਣ ਹੈ ਜਿਹਨੂੰ ਪਟਕਾ ਨਹੀਂ ਬੰਨਣਾ ਆਂਦਾ ਹੋਏਗਾ ਜਾਂ ਜੂੜਾ ਕਰਨਾ ਨਹੀਂ ਆਂਦਾ ਹੋਏਗਾ ਤੇ ਬਟ ਉਹਨਾਂ ਨੇ ਹੁਣ ਸਪੈਸ਼ਲ Instagram ਤੇ ਵੀ ਮੈਸੇਜ ਕਰਕੇ ਮੈਨੂੰ ਰਿਕੁਐਸਟ ਕੀਤੀ ਕਿ ਤੁਸੀਂ ਸਿਰ ਫਤਿਹ ਦਾ ਜੂੜਾ ਕਿਵੇਂ ਕਰਦੇ ਹੋ ਤੇ ਫਤਿਹ ਨੂੰ ਪਟਕਾ ਕਿਵੇਂ ਬੰਨਦੇ ਹੋ ਮੈਨੂੰ ਜ਼ਰੂਰ ਦੱਸੋ ਤੇ ਸਪੈਸ਼ਲ ਮੈਂ ਉਹਨਾਂ ਵਾਸਤੇ ਅੱਜ ਪਟਕਾ ਵੀ ਬੰਨਾਂਗੀ ਗੁਰਫਤਿਹ ਨੂੰ ਲਾਈਵ ਤੁਹਾਡੇ ਸਾਹਮਣੇ ਤੇ ਇਹਦਾ ਜੂੜਾ ਵੀ ਕਰਨਾ ਤੁਹਾਨੂੰ ਦੱਸਾਂਗੀ ਕਿਵੇਂ ਕਰੀਦਾ ਆਲਮੋਸਟ ਵੈਸੇ ਚਲੋ ਸਾਰਿਆਂ ਨੂੰ ਆਉਂਦਾ ਹੀ ਪਰ ਫਿਰ ਵੀ ਚਲੋ ਜੇ ਕੋਈ ਉਦਾਂ ਵੀ ਕਈ ਵਾਰ ਸ਼ਕੀਨ ਹੁੰਦੇ ਨੇ ਬੱਚੇ ਹਨਾ ਜਿਨ੍ਹਾਂ ਦੇ ਸ਼ਾਇਦ ਕਦੀ ਕਈ ਵਾਰ ਹੁੰਦਾ ਵੀ ਵਾਲ ਕੱਟੇ ਹੁੰਦੇ ਨੇ ਉਹਨਾਂ ਦਿਲ ਕਰਦੇ ਵੀ ਅਸੀਂ ਪਟਕਾ ਬਣੀਏ ਵੇਖ ਕੇ ਸ਼ਾਇਦ ਉਹਨਾਂ ਨੂੰ ਵੀ ਚਾਅ ਚੜੇ ਤੇ ਹਨਾ ਉਹ ਵੀ ਸਰਦਾਰ ਬਣ ਜਾਣ ਸੋ ਅਸੀਂ ਇਸ ਕਰਕੇ ਵੀ ਬਣਾਵਾਂਗੇ ਅੱਜ ਪਹਿਲਾਂ ਤੇ ਮੈਂ ਕਾਫੀ ਟਾਈਮ ਇਹ ਹੀ ਸੋਚਦੀ ਰਹੀ ਸਾਂ ਵੀ ਮੈਂ ਸ਼ਾਇਦ ਮਜ਼ਾਕ ਤਾਂ ਨਹੀਂ ਕਰ ਰਹੇ ਹੈਗੇ ਵੀ ਇਹੋ ਜਿਹਾ ਤਾਂ ਕੋਈ ਵੀ ਨਹੀਂ ਹੈਗਾ ਜਿਨ੍ਹਾਂ ਨੂੰ ਪਟਕਾ ਜਾਂ ਜੂੜਾ ਕਰਨਾ ਨਾ ਆਉਂਦਾ ਹੋਵੇ ਬਟ ਫਿਰ ਵੀ ਉਹਨਾਂ ਜਦੋਂ Instagram ਤੇ ਪਰਸਨਲੀ ਮੈਸੇਜ ਕੀਤਾ ਤੇ ਫਿਰ ਮੈਂ ਸੋਚਿਆ ਨਹੀਂ ਵੀ ਉਹਨਾਂ ਵਾਸਤੇ ਹੁਣ ਮੈਂ ਸਪੈਸ਼ਲ ਫਤਿਹ ਨੂੰ ਪਟਕਾ ਬੰਨ੍ਹ ਦੇ ਜੂੜਾ ਵੀ ਜੂੜਾ ਕਿਵੇਂ ਕਰੀਦਾ ਇਹਦਾ ਤੇ ਪਟਕਾ ਦਸਤਾਰ ਕਿਵੇਂ ਬੰਨੀ ਦੀ ਇਹਨੂੰ ਉਹ ਤੁਹਾਨੂੰ ਵਿਖਾਉਂਦੇ ਆ ਜੱਪਾ ਕੀ ਹੋ ਰਿਹਾ ਮੰਮਾ ਆ ਦੇਖਦੇ ਮੈਂ ਦਿਖਾਨੀ ਆ ਹੁਣ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਲੱਗੇਗਾ ਇਹਦੇ ਵਾਲਾਂ ਦਾ ਦੇਖਿਓ ਆ ਵੇਖੋ ਗਾਇਸ ਐਵੇਂ ਪੂਰੀ ਆ ਲੇਟੇ ਇਧਰੋਂ ਇਧਰੋਂ ਕਈ ਜਗ੍ਹਾ ਮੈਂ ਜ਼ੂਮ ਕੀਤਾ ਦੇਖਦਾ ਪਿਆ ਤੇ ਕਈ ਇਹਨਾਂ ਦੋ ਤਿੰਨ ਦਿਨ ਮੈਨੂੰ ਦੱਸਿਆ ਕੋ ਨਹੀਂ ਤੇ ਫਿਰ ਆ ਲੁਕਦਾ ਰਹਾ ਮੇਰੇ ਤੋਂ ਵੀ ਬਈ ਜੁੱਤੀਆਂ ਪੈਣਗੀਆਂ ਹੁਣ ਅੱਗੇ ਤੋਂ ਐਵੇਂ ਜੀ ਹਰਕਤ ਨਾ ਕਰੀ ਜ਼ਿੰਦਗੀ 'ਚ ਵੀ ਕਦੀ ਬੇਵਕੂਫਾ ਸ਼ੂਜ਼ ਲੈ ਕੇ ਵੇਲਾ ਬੈੱਡ ਦੇ ਉੱਤੇ ਚੜ ਗਿਆ ਬਾਅਦ 'ਚ ਪਾਣੀ ਫਟਾਫਟ ਇੱਧਰ ਨੂੰ ਕਰ ਲੈ ਤੇ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਅਸੀਂ ਕਿੱਥੇ ਚੱਲੇ ਹਾਂ ਰੈਡੀ ਹੋ ਕੇ ਦੱਸੋ ਵੀ ਆਪਾਂ ਕਿੱਥੇ ਚੱਲੇ ਹਾਂ ਮੈਨੂੰ ਆਪ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਹੁੰਦਾ ਬਟ ਸਾਡਾ ਵੀਕਐਂਡ ਦੀ ਟ੍ਰਿਪ ਬਣ ਜਾਂਦਾ ਕੋਈ ਨਾ ਚੱਲੇ ਆ ਕਿਰੇ ਵੇਨੇ ਅੱਜ ਘੁੰਮ ਫਿਰ ਕੇ ਆਨੇ ਆ ਕੁਝ ਇੰਜੋਏ ਕਰਦੇ ਆ ਵੇਖਦੇ ਆ ਕਿੱਥੇ ਜਾਣਾ ਹਜੇ ਕੁਝ ਕਹਿ ਨਹੀਂ ਸਕਦੇ ਹਨੇਰਾ ਪੈ ਚੁੱਕਿਆ ਵਾਰ ਕਹਿ ਸਕਦੇ ਆ ਕਹਿ ਨਹੀਂ ਵੀ ਸਕਦੇ ਪਤਾ ਨਹੀਂ ਮੈਨੂੰ ਤੇ ਆਪ ਨਹੀਂ ਪਤਾ ਟਾਈਮ ਹੋ ਰਿਹਾ ਪੌਣੇ 6 ਕਨਫਿਊਜ਼ਡ ਮੈਂ ਆਪ ਕਨਫਿਊਜ਼ ਹੋ ਗਿਆ ਸ਼ਾਮ ਦੇ ਪੌਣੇ 6 ਹੋ ਗਏ ਨੇ ਨੌਣੇ ਪਹੁੰਚੋਗੇ ਨੇ ਹਾਂਜੀ ਤੇ ਹੁਣ ਆਪਾਂ ਚੱਲੇ ਆ 6:00 ਵਜੇ ਕਿਤਨੀ 6:46 646 ਨਹੀਂ ਹੋਣੀ ਕਾਫੀ ਲੇਟ ਹੋ ਗਿਆ ਕਿਉਂਕਿ ਹੁਣ ਦਿਨ ਹੋ ਗਏ ਨੇ ਛੋਟੇ ਨਾ ਸਰਦੀਆਂ ਚੱਲ ਰਹੀਆਂ ਸੀ ਮੈਂ ਜੂੜਾ ਕਿਵੇਂ ਕਰ ਰਹੀ ਹਾਂ ਹਾਂ ਗਾਈ ਜੂੜਾ ਜਿਨ੍ਹਾਂ ਨੂੰ ਨਹੀਂ ਆਂਦਾ ਸਾਨੂੰ ਯਾਦ ਨਹੀਂ ਰਹਿਣਾ ਹੁਣ ਯਾਦ ਆ ਚਲੋ ਐਵੇਂ ਸਭ ਤੋਂ ਪਹਿਲਾਂ ਕਿਵੇਂ ਕਰਨਾ ਉੱਤੇ ਕਰਕੇ ਹਾਂ ਹਾਂ ਪਾਰਟ ਲੈ ਲਿਆ ਵਾਲਾਂ ਦਾ ਤੇ ਉਹਨਾਂ ਦਾ ਮੈਂ ਪਿੱਛੇ ਇੱਕ ਮੇਡੀ ਬਣਾ ਲਈ ਰਬੜ ਪਾ ਕੇ ਉੱਪਰ ਠੀਕ ਹੈ ਫਿਰ ਮੈਂ ਇਹਦੇ ਵਾਲ ਕੰਨਾਂ ਤੋਂ ਨਿਕਲ ਜਾਂਦੇ ਨੇ ਸੋ ਇਸ ਕਰਕੇ ਮੈਂ ਇਹਦੀਆਂ ਸਾਈਡਾਂ ਤੇ ਵੀ ਦੋ ਮੇਡੀਆਂ ਕਰਨੀਆਂ ਛੋਟੀਆਂ ਛੋਟੀਆਂ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਇਸ ਸਾਈਡ ਕਰਾਂਗੀ ਤੁਹਾਨੂੰ ਦਿਖਾਣੀ ਹੈ ਮੈਂ ਕਿਵੇਂ ਕਰਾਂਗੀ ਜਿਹੜੇ ਵਾਲ ਨੇ ਉਹ ਅੱਧੇ ਥੱਲੇ ਕਰ ਲਏ ਨੇ ਤੇ ਅੱਧੇ ਉੱਤੇ ਨੂੰ ਕਰ ਲਏ ਨੇ ਇਹ ਮੈਂ ਕੱਪੜਾ ਤਾਂ ਰੱਖ ਲਿਆ ਇਹਨਾਂ ਦੀ ਇੱਧਰ ਮੇਡੀ ਤੇ ਥੋੜੇ ਜਿਹੇ ਇਧਰੋਂ ਲੈ ਕੇ ਇੱਧਰ ਮੇਡੀ ਥੋੜੇ ਜਿਹੇ ਇੱਧਰ ਲੈ ਕੇ ਇੱਧਰੋਂ ਮੇਡੀ ਜੇ ਕਿਉਂਕਿ ਜੇ ਆ ਮੇਡੀਆਂ ਨਾ ਨਾ ਕਰਾਂ ਫਿਰ ਇਹਦੇ ਵਾਲ ਨਾ ਇਦਾਂ ਇਦਾਂ ਬਾਹਰ ਲਟਕਦੇ ਰਹਿੰਦੇ ਉਹ ਮੈਨੂੰ ਬੜੇ ਗੰਦੇ ਲੱਗਦੇ ਨੇ ਬਾਹਰ ਨੂੰ ਹੋ ਜਾਂਦੇ ਨੇ ਪਟਕੇ ਤੋਂ ਤੇ ਹੁਣ ਇਦਾਂ ਮੈਂ ਲੈ ਲੈਣੀ ਹੁੰਨੀ ਆ ਆ ਦੇਖ ਸਕਦੇ ਹੋ ਡਿਵਾਈਡ ਕਰ ਲੈਣਾ ਇੰਨਾ ਹੀ ਇਧਰੋਂ ਕਰਨਾ ਇਹਨੇ ਦੂਸਰੀ ਸਾਈਡ ਤੋਂ ਤੇ ਮੇਡੀ ਬਣਾ ਲੈਣੀ ਜਿਵੇਂ ਆ ਜਿਵੇਂ ਕੁੜੀਆਂ ਦੇ ਸਿਰ ਤੇ ਮੇਡੀਆਂ ਕਰਨੇ ਆ ਨਾ ਉਵੇਂ ਹੀ ਬੋਇਲਦੀਆਂ ਵੀ ਕਰਨੀਆਂ ਪੈਂਦੀਆਂ ਨੇ ਵਾਲ ਤਾਂ ਹੀ ਲੰਬੇ ਹੁੰਦੇ ਨੇ ਵੈਸੇ ਮੁੰਡਿਆਂ ਨੂੰ ਤੇ ਲੋੜ
ਹੱਸਦਾ ਫਦੇ ਦੇ ਦੋਨੋਂ ਸੇਮ ਹੈ ਇਹ ਸੇਮ ਕਾਪੀ ਆਪਣੇ ਪਾਪਾ ਦੀ ਇੱਧਰ ਮੇਡੀ ਉੱਧਰ ਮੇਡੀ ਆਦੇ ਅੱਧਿਆਂ ਦੀ ਪਿੱਛੇ ਆਦੇ ਇੱਧਰ ਅੱਧੇ ਅੱਗੇ ਸੀ ਹਨਾ ਤੇ ਹੁਣ ਅਸੀਂ ਉਹਨੂੰ ਹੁਣ ਕੀ ਕਰਨਾ ਇਹ ਵਾਲਾ ਅੱਗੇ ਫਿਰ ਮੈਂ ਤਿੰਨੋਂ ਮੇਡੀਆਂ ਲੈ ਲਾਂਗੀ ਇਹ ਅੱਛਾ ਤਿੰਨੇ ਮੇਡੀਆਂ ਆ ਗਈਆਂ ਜੀ ਹੱਥ ਹੁਣ ਇਹਨੂੰ ਗੁੰਦ ਦਾਂਗੇ ਵੀ ਰਬੜ ਪਾ ਕੇ ਇਹਦੇ ਪੈਗੀ ਰਬੜ ਹਾਂਜੀ ਮੈਂ ਪੂਰਾ ਕੱਸ ਕੇ ਕਰਨੀ ਆ ਕਿਉਂਕਿ ਫਿਰ ਗੁੱਤ ਕਰ ਦਾਂਗੇ ਇੰਨਾ ਕੱਸ ਕੇ ਵੀ ਕੀਤਾ ਤਾਂ ਵੀ ਇਹ ਖੋਲ ਕੇ ਲਗਾ ਫਿਰਦੇ ਮੰਮਾ ਜੀ ਮੰਮਾ ਜੀ ਹਾਂਜੀ ਇਹਦੇ ਚ ਮੈਨੂੰ ਮਜ਼ਾ ਆਉਂਦਾ ਹੈ ਮਜ਼ਾ ਆਉਂਦਾ ਫਤੇ ਨਾ ਫਿਰ ਮੈਨੂੰ ਕਹੇਗਾ ਮੰਮਾ ਮੈਨੂੰ ਨਾ ਨੀਂਦ ਆਣ ਲੱਗ ਗਈ ਫਤੇ ਨੂੰ ਮਜ਼ਾ ਆ ਜਾਂਦਾ ਇਹਨੂੰ ਨਾ ਲੇਜ਼ੀ ਬਣ ਆ ਜਾਂਦਾ ਹੈ ਨਾ ਫਤੇ ਜੂੜਾ ਕਰਾਂਦੇ ਕਰਾਂਦੇ ਹਾਂ ਬਸ ਆ ਸੰਡੇ ਸੀ ਤਾਂ ਹੇਅਰ ਵਾਸ਼ ਕੀਤੇ ਸਨ ਤੇ ਉਹਦੇ ਕਰਕੇ ਫਿਰ ਇਹਨੂੰ ਰੋਣਾ ਪੈਂਦਾ ਸੰਡੇ ਵਾਲੇ ਦਿਨ ਆ ਸੰਡੇ ਥੋੜੀ ਦੇਰ ਅੜਕਾਂ ਕੱਢੀ ਦੀਆਂ ਨੇ ਉਹਦੇ ਨਾਲ ਸੋਰੀ ਸੰਡੇ ਨਹੀਂ ਆ ਬਟ ਮੈਂ ਹੇਅਰ ਵਾਸ਼ ਕੀਤੇ ਨੇ ਅੱਜ ਅੱਜ ਫਰਾਈਡੇ ਵੇ ਫਿਰ ਸੈਚਰਡੇ ਫਿਰ ਸੰਡੇ ਹਾਂ ਜਦੋਂ ਵੀ ਹੇਅਰ ਵਾਸ਼ ਕਰਕੇ ਫਤੇ ਦਾ ਸਿਰ ਕਰਨਾ ਹੁੰਦਾ ਤਾਂ ਇਹ ਬਹੁਤ ਚੀਕ ਚਿਹਾੜਾ ਪਾਉਂਦਾ ਬਸ ਹੁਣ ਸਾਡਾ ਜੂੜਾ ਡਨ ਹੋਣ ਵਾਲਾ ਮੈਂ ਸਪੀਡਲੀ ਕਰ ਰਹੀ ਹਾਂ ਵੀਡੀਓ ਦੇ ਚੱਕਰ ਦੇ ਵਿੱਚ ਮਾਰਨਿੰਗ ਟਾਈਮ ਵੀ ਸਕੂਲ ਟਾਈਮ ਵੀ ਮੈਨੂੰ ਐਵੇਂ ਸਪੀਡਲੀ ਕਰਨਾ ਪੈਂਦਾ ਸਵੇਰੇ ਬੜੀ ਅਫੜਾ ਤਫੜੀ ਪੈ ਜਾਂਦੀ ਫੜਫੜ ਨੂੰ ਆਓ ਇਹਨਾਂ ਨੂੰ ਬ੍ਰਸ਼ ਕਰਾਓ ਜੀ ਫੜਫੜ ਹਾਂਜੀ ਮੁੰਡਿਆਂ ਦਾ ਤਾਂ ਲੇਟ ਹੋ ਜਾਂਦਾ ਹੈ ਵੱਡੀਆਂ ਕਰਨੀਆਂ ਵਾਲੀਆਂ ਨੇ ਕੁੜੀਆਂ ਦੇ ਬੜੇ ਪੰਗੇ ਕਰਦੇ ਕੁੜੀਆਂ ਦੇ ਬਸ ਫੋਨ ਨਿਕਾਲ ਕੇ ਪਿੱਛੇ ਮੀਡੀਆ ਲਾ ਦੋ ਅੱਛਾ ਅੱਛਾ ਮੀਡੀਆ ਐਵੇਂ ਲੱਗ ਜਾਂਦੀਆਂ ਆ ਦੇਖ ਲਓ ਫਰੈਂਡਸ ਐਵੇਂ ਰੋਲ ਮੈਨੂੰ ਵੀ ਨਹੀਂ ਜੂੜਾ ਕਰਨਾ ਆਉਂਦਾ ਲੇਕਿਨ ਮੈਂ ਲਪੇਟ ਲੈਣੀ ਆ ਪਤਾ ਨਹੀਂ ਗੋਆ ਕਿਵੇਂ ਸਮਝ ਆਏਗੀ ਐਡਾ ਤੋ ਤੇ ਆਪਣੇ ਆਪ ਲਪੇਟ ਲੋਗੇ ਤੁਸੀਂ ਐਵੇਂ ਸਿੱਧੇ ਐਵੇਂ ਵਾਲੇ ਦੇ ਕੇ ਵੀ ਗੰਡ ਮਾਰ ਸਕਦੇ ਵਿੱਚੋਂ ਖਿੱਚ ਕੇ ਜਿਵੇਂ ਅਸੀਂ ਆਪਣਾ ਪਿੱਛੇ ਬੰਨ ਬਣਾਉਨੇ ਆ ਨਾ ਪਿੱਛੇ ਜੂੜੇ ਤੇ ਉਹ ਵੀ ਅੱਗੇ ਇੱਥੇ ਬਣਾ ਦੋ ਬਸ ਜਿਵੇਂ ਤੇ ਮੈਂ ਇਹਦੇ ਜੂੜੇ ਤੇ ਰਮਾਲ ਪਾ ਦੇਣੀ ਹੁੰਨੀ ਆ ਪਟਕਾ ਬੰਨਣ ਤੋਂ ਪਹਿਲਾਂ ਹੁਣ ਦੂਜੇ ਕਮਰੇ ਚ ਰਮਾਲ ਮੇਰੇ ਤੁਹਾਨੂੰ ਡਾਇਰੈਕਟ ਪਟਕੇ ਬੰਨਣਾ ਦੱਸ ਦੇਣੀ ਤੁਸੀਂ ਕਿਵੇਂ ਪਟਕਾ ਬੰਨਦੇ ਹੋ ਹਾਂ ਸਿੱਖਣਾ ਚਾਹੀਦਾ ਹੁਣ ਮੈਂ ਪਟਕਾ ਬੰਨਣ ਲੱਗਿਆ ਫਤੇ ਨੂੰ ਦਸਤਾਰ ਵੀ ਆਪਾਂ ਕਹਿੰਨੇ ਆ ਦਸਤਾਰ ਦਾ ਕੱਪੜਾ ਪਹਿਲਾਂ ਮੈਂ ਦੱਸਦੀਆਂ ਅਸੀਂ ਫੁੱਲ ਵੈਲ ਦੇ ਵਿੱਚ ਕੱਪੜਾ ਲੈਣੇ ਆ 1.5 ਮੀਟਰ ਦੇ ਮੈਂ ਗੁਰਫਤੇ ਦੇ ਦੋ ਦਸਤਾਰ ਬਣਾ ਲੈਣੀ ਹੁੰਨੀ ਆ ਪੌਣੇ ਪੌਣੇ ਮੀਟਰ ਦੇ ਪਤੇ ਸਿੱਧਾ ਹੋ ਜਾ ਅੱਛਾ ਪਤੇ ਨਾਲ ਕਰਦਾ ਹੈ ਹੈਡ ਡਾਊਨ ਕਰ ਲਓ ਹੈਡ ਡਾਊਨ ਕਰੋ ਹੈਡ ਡਾਊਨ ਕਰਕੇ ਅਸੀਂ ਪਿੱਛੇ ਗੰਡ ਮਾਰ ਦੇਣੀ ਹੈ ਇੱਕ ਗੰਡ ਇੱਥੇ ਇੱਕ ਗੰਡ ਮਾਰ ਕੇ ਥੋੜਾ ਟਾਈਟ ਗੰਡ ਮਾਰ ਕੇ ਫਿਰ ਇੱਕ ਹੋਰ ਗੰਡ ਮਾਰ ਕੇ ਬਾਅਦ ਵਿੱਚ ਫਿਰ ਢਿੱਲਾ ਹੋ ਜਾਂਦਾ ਇਸ ਕਰਕੇ ਪੂਰਾ ਟਾਈਟ ਕਰਨਾ ਜ਼ਿਆਦਾ ਵੀ ਟਾਈਟ ਨਹੀਂ ਠੀਕ ਹੈ ਨਾ ਫਤਿਹ ਫਤਿਹ ਕਿੰਨਾ ਜ਼ਿਆਦਾ ਵੀ ਟਾਈਟ ਨਹੀਂ ਫਿਰ ਇੱਥੋਂ ਆਪਾਂ ਜਿਹੜਾ ਕੱਪੜਾ ਹੈ ਵਾਟ ਪਏ ਨੇ ਇੱਥੋਂ ਜਿਹੜੇ ਆ ਥੱਲੇ ਹੋ ਜਾਏਗਾ ਪੂਰਾ ਸੈੱਟ ਹੋ ਜਾਏਗਾ ਜਿਹੜੇ ਵਾਟ ਨੇ ਉਹ ਸਾਰੇ ਆਪਾਂ ਇਹਦੇ ਖਿੱਚ ਲੈਣੇ ਨੇ ਸੈੱਟ ਕਰ ਲੈਣਾ ਅਗਰ ਹੁਣ ਤੂੰ ਥੋੜਾ ਬੋਲ ਫਤਿਹ ਫਤਿਹ ਵਿੱਚ ਮੈਂ ਇੱਕ ਥੋੜੀ ਜੀ ਗੱਲ ਦੱਸੋ ਅਗਰ ਜਦੋਂ ਤੁਸੀਂ ਐਵੇਂ ਥੱਲੇ ਲੱਗਦੇ ਤੁਹਾਨੂੰ ਐਵੇਂ ਜਦੋਂ ਅਸੀਂ ਉੱਤੇ ਹੁੰਨੇ ਸੈੱਟ ਹੁੰਦੀ ਹੈ ਨਾ ਐਵੇਂ ਉਦੋਂ ਆਪੇ ਉੱਤੇ ਹੋ ਜਾਂਦਾ ਹੈ ਅੱਛਾ ਆਪਣੇ ਸੈੱਟ ਹੋ ਜਾਂਦਾ ਕਹਿੰਦੇ ਲੋ ਹੁਣ ਇੱਧਰ ਬੈਕ ਸਾਈਡ ਕਰੋ ਹੁਣ ਜਿਹੜਾ ਪਿੱਛੇ ਬੱਚੇ ਆ ਕੱਪੜਾ ਉਹਨੂੰ ਤੁਸੀਂ ਪਹਿਲਾਂ ਜਦੋਂ ਐਵੇਂ ਸਿੰਪਲੀ ਐਵੇਂ ਚੋੜਾ ਹੈ ਤੁਸੀਂ ਇਹਨੂੰ ਇਹ ਇਕੱਠਾ ਕਰ ਲੈਣਾ ਐਵੇਂ ਥੋੜਾ ਜਿਹਾ ਇੱਧਰ ਥੋੜਾ ਜਿਹਾ ਅੰਦਰ ਜਾ ਕਰਨਾ ਬਾਕੀ ਪਿੱਛੋਂ ਜ਼ਿਆਦਾ ਚੌੜਾਈ ਨਾ ਬਣੇ ਤੇ ਫਿਰ ਇਹਨੂੰ ਉੱਤੇ ਉਹ ਤਾਂ ਤੁਹਾਡੀ ਮਰਜ਼ੀ ਹੁੰਦੀ ਹੈ ਜਿਵੇਂ ਵੀ ਤੁਹਾਨੂੰ ਸੋਹਣਾ ਲੱਗਦਾ ਹੈ ਚੌੜਾ ਵੀ ਰੱਖ ਸਕਦੇ ਹੋ ਕੋਈ ਇਸ਼ੂ ਨਹੀਂ ਤੁਹਾਨੂੰ ਜਿੱਦਾਂ ਵੀ ਕਈ ਵਾਰ ਹੁੰਦਾ ਬੜਾ ਆਪਾਂ ਜ਼ਿਆਦਾ ਚੌੜਾ ਕਰਕੇ ਥੋੜਾ ਡਿਜ਼ਾਈਨਿੰਗ ਜੀ ਵਧੀਆ ਉਹ ਜਿਵੇਂ ਮਰਜ਼ੀ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਸਿੰਪਲ ਹੀ ਬਾਨੀ ਆ ਫਤਿਹ ਨੂੰ ਤੇ ਫਿਰ ਇੱਧਰ ਫਤਿਹ ਫੇਸ ਕਰ ਲਓ ਆਪਣਾ ਫਿਰ ਆਪਾਂ ਇੱਧਰ ਆ ਕੇ ਤੇ ਆਪਣੀ ਲੈਫਟ ਸਾਈਡ ਤੋਂ ਜਿਹੜਾ ਜਿਹਨੂੰ ਤੁਸੀਂ ਬਣ ਰਹੇ ਹੋ ਉਹਦੇ ਲੈਫਟ ਸਾਈਡ ਤੋਂ ਇੱਧਰ ਨੂੰ ਕਰਨਾ ਤੇ ਐਵੇਂ ਨਾ ਉੱਤੇ ਲਗਾ ਐਵੇਂ ਕਰਕੇ ਤੇ ਇਹਨੂੰ ਸਾਰ ਅੱਗੋਂ ਐਵੇਂ ਰੋਲ ਕਰ ਲੈਣਾ ਬਿਲਕੁਲ ਕਲੀਅਰ ਕਲੀਅਰ ਜਿਹਾ ਮਤਲਬ ਵੱਟ ਨਾ ਵਿੱਚ ਦਿਖਾਈ ਦੇਣ ਤਾਂ ਦੇਖ ਸਕਦੇ ਹੋ ਬਿਲਕੁਲ ਪਲੇਨ ਹੋ ਗਿਆ ਹੁਣ ਇੱਥੋਂ ਜੂੜੇ ਦੇ ਘੁਮਾ ਕੇ ਉੱਤੋਂ ਇਹਦੇ ਜਿਹੜਾ ਪਹਿਲਾ ਲੜ ਉਹਦੇ ਉੱਤੋਂ ਘੁਮਾ ਕੇ ਤੇ ਪਿੱਛੇ ਇਹਦੇ ਵਿੱਚ ਇਦਾਂ ਕਵਰ ਕਰ ਦੇਣਾ ਪਟਕੇ ਸਾਨੂੰ ਰੈਡੀਮੇਡ ਵੀ ਮਿਲ ਜਾਂਦੇ ਨੇ ਬਟ ਮੈਂ ਫਤਿਹ ਦੇ ਇਦਾਂ ਨਾ ਇਧਰੋਂ ਤੁਸੀਂ ਪਹਿਲਾਂ ਇਧਰੋਂ ਆਪਾਂ ਐਵੇਂ ਇਕੱਠਾ ਕੀਤਾ ਇੱਥੇ ਲਿਆਏ ਇੱਥੋਂ ਅਸੀਂ ਐਵੇਂ ਗੋਲ ਕਰਕੇ ਰਾਉਂਡ ਇਹਦੇ ਉੱਤੋਂ ਘੁਮਾ ਕੇ ਇਹਦੇ ਵਿੱਚ ਥੱਲੇ ਦੱਬ ਦੇਣਾ ਹੁਣ ਉਸ ਤੋਂ ਬਾਅਦ ਬਾਜ ਨਾਲ ਅਸੀਂ ਜ਼ਿਆਦਾਤਰ ਪਟਕਾ ਫਤਿਹ ਦੇ ਪਾਪਾ ਹੀ ਬੰਨਦੇ ਨੇ ਨੂੰ ਸਕੂਲ ਟਾਈਮ ਜਦੋਂ ਜ਼ਿਆਦਾ ਜਲਦੀ ਹੁੰਦੀ ਫਿਰ ਮੈਂ ਬੰਨਦੇ ਨੇ ਫਿਰ ਲੇਟ ਹੋਣ ਵਾਲਾ ਹੁੰਦਾ ਇਸ ਕਰਕੇ ਫਿਰ ਫਟਾਫਟ ਮਿਲ ਕੇ ਕਰ ਦਈਦਾ ਸੋ ਫਿਰ ਉਸ ਤੋਂ ਬਾਅਦ ਤੁਸੀਂ ਬਾਜ ਦੇ ਨਾਲ ਜਿਹੜੇ ਵਾਲ ਬਾਹਰ ਨੇ ਉਹਨਾਂ ਨੂੰ ਅੰਦਰ ਕਰੋਗੇ ਮੈਂ ਕੀ ਕਹਿਣਾ ਸੀ ਇੱਧਰ ਵਾਲੀ ਸਾਈਡ ਤੋਂ ਵੀ ਉਧਰੋਂ ਵੀ ਤੇ ਬੈਕ ਸਾਈਡ ਤੇ ਬੈਕ ਸਾਈਡ ਇਹ ਕੰਮ ਪਾਪਾ ਦਾ ਹੁੰਦਾ ਹੈ ਨਾ ਮੈਨੂੰ ਔਖਾ ਲੱਗਦਾ ਕਰਨਾ ਤੇ ਫਿਰ ਥੋੜਾ ਐਵੇਂ ਹੁਣ ਇਦਾਂ ਸਾਰੇ ਵਾਲ ਮੈਂ ਪਟਕੇ ਦੇ ਵਿੱਚ ਬਾਜ ਦੀ ਹੈਲਪ ਨਾਲ ਵਾੜ ਦਿੱਤੇ ਨੇ ਇੱਕ ਸਾਈਡ ਤੇ ਤੇ ਫਿਰ ਵੀ ਲੰਬੇ ਲੰਬੇ ਹੈ ਨੇ ਦੂਜੇ ਪਾਸੇ ਦੇ ਵਿਚਾਰੇ ਸਾਰੇ ਕੱਟੇ ਗਏ ਸੀ ਇਸ ਕਰ ਚਲੋ ਲੰਮੇ ਹੋ ਜਾਣਗੇ ਥੋੜੇ ਦਿਨਾਂ ਨੂੰ ਚਲੋ ਬਈ ਕਰਕੇ ਇਧਰੋਂ ਤੁਸੀਂ ਐਵੇਂ ਵੀ ਸੈਟਿੰਗ ਕਰ ਸਕਦੇ ਹੋ ਇਧਰੋਂ ਵੀ ਬਾਜ ਨਾਲ ਹਾਂ ਇਹਦੇ ਪਾਪਾ ਤੇ ਬੜਾ ਕੁਝ ਕਰਦੇ ਨੇ ਐਵੇਂ ਕਰਕੇ ਮੈਂ ਉੱਤੋਂ ਪੂਰਾ ਗੁਲਾਈ ਜੀ ਕਰ ਦੇਣਾ ਫਿਰ ਸੋਹਣਾ ਲੱਗਦਾ ਕਿਉਂਕਿ ਇਦਾਂ ਹੁਣ ਦੱਸੋ ਕਮੈਂਟ ਕਰਕੇ ਗੁਰਫਤਿਹ ਦਾ ਪਟਕਾ ਕਿਵੇਂ ਦਾ ਲੱਗਿਆ ਤੁਹਾਨੂੰ ਤੁਸੀਂ ਵੀ
ਦੱਸਣਾ ਮੇਰਾ ਪਟਕਾ ਕਿਵੇਂ ਦਾ ਲੱਗਿਆ। ਹਾਂ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਫਤਿਹ ਦੀ ਦਸਤਾਰ ਕਿਵੇਂ ਦੀ ਲੱਗਦੀ, ਸੋਹਣੀ ਲੱਗਦੀ ਫਤਿਹ ਦਸਤਾਰ ਹੈ। ਹੁਣ ਥੋੜਾ ਜਿਹਾ ਵੱਡਾ ਹੋਏਗਾ ਫਤਿਹ, ਫਿਰ ਪੱਗ ਬੰਨਣੀ ਸ਼ੁਰੂ ਕਰ ਦੇਣੀ ਫਤਿਹ, ਹੈ ਨਾ ਫਤਿਹ। ਫਤਿਹ ਕਈ ਵਾਰ ਬਣਵਾਉਂਦਾ ਮੇਰੇ ਕੋਲ, ਇਹਨੂੰ ਬੜਾ ਚਾਅ ਹੈ, ਆਪਣੇ ਆਪ ਵੀ ਕਈ ਵਾਰ ਬੰਨਦਾ ਹੁੰਦਾ, ਸੋ ਉਹ ਵੀ ਤੁਹਾਨੂੰ ਕਿਸੇ ਦਿਨ ਵਿਖਾਵਾਂਗੇ ਆਪਾਂ। ਹੁਣ ਆਪਾਂ ਲੇਟ ਹੋ ਰਹੇ ਹਾਂ ਬਹੁਤ ਜ਼ਿਆਦਾ, ਫਤਿਹ ਹੌਲੀ ਹੌਲੀ ਸਿੱਖ ਜਾਏਗਾ, ਥੋੜਾ ਵੱਡਾ ਹੋਏਗਾ। ਇੱਧਰੋਂ ਆਪਾਂ ਐਵੇਂ ਵੀ ਇਹਨੂੰ ਸੈਟਿੰਗ ਸਾਰੀ ਕਰਕੇ, ਅਤੇ ਹੁਣ ਗੁਰਫਤਿਹ ਸਿੰਘ ਜੀ ਆਲਮੋਸਟ ਰੈਡੀ। ਲਓ ਆ ਜੀ ਫਤਿਹ ਦੀ ਦਸਤਾਰ, ਅਤੇ ਤੁਸੀਂ ਵੀ ਈਜ਼ਲੀ ਜਿਹਨੂੰ ਨਹੀਂ ਆਲਮੋਸਟ, ਚਲੋ ਸਭ ਨੂੰ ਆਉਂਦੀ ਹੋਏਗੀ, ਜੇ ਨਹੀਂ ਆਉਂਦੀ ਸੋ ਤੁਸੀਂ ਵੇਖ ਕੇ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਬੰਨੋ ਅਤੇ ਸੋਹਣੇ ਸਰਦਾਰ ਬਣਾਓ, ਉਹਨਾਂ ਨੂੰ ਸਜਾਓ ਸਿੰਘ ਸਰਦਾਰ। ਤੇਰੀ ਮੰਮਾ ਨੇ ਪਤਾ ਨਹੀਂ ਕੀ ਫਟਾਫਟ ਫਾਹ ਹੀ ਵੜ ਛੱਡਿਆ ਫਤਿਹ, ਇੰਨਾ ਸੋਹਣਾ ਨਹੀਂ ਬੰਨਿਆ। ਕੋਈ ਗੱਲ ਨਹੀਂ ਪਾਪਾ ਜੀ ਦੇ ਕੋਈ ਗੱਲ ਨਹੀਂ, ਜਿਆਦਾ ਬੰਦੀ ਪਰ ਸੋਹਣਾ ਬੰਦੀ ਹੈ, ਪਰ ਅੱਜ ਪਤਾ ਨਹੀਂ ਕੀ ਜਲਦਬਾਜ਼ੀ ਥੋੜਾ ਜਿਹਾ ਗੜਬੜ ਕਰ ਦਿੱਤੀ। ਸੋ ਗਾਇਜ਼ ਫਤਿਹ ਰੇੜੀ ਹੈ, ਜੂੜਾ ਵੀ ਤੁਸੀਂ ਵੇਖ ਲਿਆ ਕਿੱਦਾਂ ਕੀਤਾ, ਅਤੇ ਦਸਤਾਰ ਵੀ ਕਿਵੇਂ ਬੰਨੀ ਹੈ। ਸੋ ਤੁਸੀਂ ਬਸ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਫਤਿਹ ਦੀ ਦਸਤਾਰ ਲੱਗ ਰਹੀ ਹੈ। ਹੁਣ ਅਸੀਂ ਆਏ ਹਾਂ ਜੱਗੀ 'ਤੇ, ਜੱਗੀ ਸਿਟੀ ਸੈਂਟਰ ਅੰਬਾਲਾ, ਕਿਤੋਂ ਕੁਛ ਥੋੜ੍ਹੀ ਬਹੁਤੀ ਸ਼ੋਪਿੰਗ ਕਰਾਂਗੇ। ਹੁਣ ਵਿੰਟਰ ਸੀਜ਼ਨ ਆ ਗਿਆ ਅਤੇ ਹੁਣ ਕਾਫੀ ਲੋੜ ਪਈ ਕੱਪੜਿਆਂ ਦੀ, ਹੈ ਨਾ। ਅਤੇ ਥੋੜ੍ਹੇ ਬਹੁਤੇ ਮੇਰੇ ਵਾਸਤੇ ਅੱਜ ਵੇਖਣੇ, ਇਹਨਾਂ ਦੇ ਰੋਜ਼ ਲੈਂਦੇ ਰਹਿੰਦੇ, ਅੱਜ ਮੇਰਾ ਨੰਬਰ ਹੈ। ਬਹੁਤ ਜ਼ਿਆਦਾ ਬੋਰ ਹੋ ਰਹੇ ਹਾਂ, ਪਾਪਾ ਦੀ ਹਾਲੇ ਤੱਕ ਸ਼ੋਪਿੰਗ ਕੰਪਲੀਟ ਨਹੀਂ ਹੋ ਰਹੀ, ਅਤੇ ਪਾਪਾ ਨੇ ਸਾਨੂੰ ਬੋਰ ਕਰਤਾ, ਇੱਕ ਘੰਟਾ ਹੋ ਗਿਆ। ਪਾਪਾ ਹੁਣ ਆਪਣੀ ਵੇਖ ਰਹੇ ਹਾਂ ਲੋਰ ਟਰਾਈ ਕਰਕੇ ਆ ਗਏ ਬਾਬਾ ਬਾਹਰ। ਨਹੀਂ ਪਾਪਾ ਨੂੰ ਨਹੀਂ ਅਸੀਂ ਦਿਖਾਉਣਾ ਹੈਗਾ, ਉਹਨਾਂ ਲੋਰ ਪਾਇਆ ਹੋਇਆ, ਥੋੜ੍ਹਾ ਦਿਖਾ ਦਿੰਦੇ, ਦਿਖਾਓ ਸੋਹਣਾ ਲੱਗਿਆ। ਲੈਂਥ ਘੱਟ ਨਹੀਂ, ਲੈਂਥ ਘੱਟ ਹੈ ਜੀ। ਗਾਈਜ਼ ਹੁਣ ਖਾ ਕੇ ਢਿੱਡ ਭਰ ਗਏ ਨੇ ਪੂਰੇ, ਸ਼ੋਪਿੰਗ ਤਾਂ ਆਪਾਂ ਥੋੜ੍ਹੀ ਜਿਹੀ ਕੀਤੀ, ਜਿੰਨੀ ਖਾਸ ਪਸੰਦ ਨਹੀਂ ਆਇਆ। ਜੋ ਮੈਂ ਲਿਵਾਈਜ਼ ਤੋਂ ਪੈਂਟਸ ਵਗੈਰਾ ਲੈਣੀਆਂ ਸੀ, ਉਹਨਾਂ ਕੋਲ ਨਾ ਸਟਰੇਟ ਪੈਂਟ ਸੀਗੀਆਂ 32 waist ਦੀਆਂ, ਨਾ ਹੀ ਉਹਨਾਂ ਕੋਲ ਬੈਲ ਬੋਟਮ ਸੀ, ਇੱਕ ਦੋ ਹੋਰ ਆਈਟਮ ਸੀ। ਉਹ ਕਹਿੰਦੇ ਨੇ ਵੀ ਨੈਕਸਟ ਵੀਕ ਤੱਕ ਆਉਣਗੇ, ਫਿਰ ਨੈਕਸਟ ਵੀਕ ਆਵਾਂਗੇ। ਸੋ ਥੋੜ੍ਹਾ ਬਹੁਤਾ ਮੋਂਟੀ ਕਰ ਲਓ, ਤੋ ਇੱਕ ਦੋ ਵਧੀਆ ਆਈਟਮ ਮੈਨੂੰ ਮਿਲ ਗਈਆਂ ਨੇ ਵਿੰਟਰ ਵਾਸਤੇ, ਅਤੇ ਹੁਣ ਇਹਨਾਂ ਨੇ ਇੰਜੋਏ ਵੀ ਕਰ ਲਿਆ, ਖਾ ਪੀ ਵੀ ਲਿਆ। ਹੁਣ ਆਪਾਂ ਚੱਲੇ ਹਾਂ ਕਿੱਥੇ, ਆਪਾਂ ਕੱਲ੍ਹ ਨੂੰ ਕਿਧਰੇ ਹੋਰ ਵੀ ਜਾਣਾ, ਤੁਹਾਨੂੰ ਨੈਕਸਟ ਵੀਡੀਓ ਦੱਸਾਂਗੇ ਆਪਾਂ ਕਿੱਥੇ ਜਾਣਾ। ਮਤਲਬ ਅਸੀਂ ਘਰ ਨਹੀਂ ਚੱਲੇ ਆਪਣੇ, ਘਰ ਨਹੀਂ ਜਾ ਰਹੇ। 9 ਵੱਜ ਚੁੱਕੇ ਨੇ ਇਸ ਟਾਈਮ, ਪੂਰੇ 9 ਵੱਜ ਗਏ ਨੇ ਰਾਤ ਦੇ, ਰਾਈਟ, ਪੂਰੇ 9 ਵੱਜੇ ਪਏ ਨੇ। ਤੂੰ ਇਹਦਾ ਟਾਈਮ ਸਹੀ ਹੈ, ਮੇਰਾ ਗਲਤ ਘੜੀ, ਇਹਦਾ ਵੇਖੋ ਪਹਿਲਾਂ, ਜਦੋਂ 9 ਵੱਜ ਕੇ ਲੇਟ ਹੋ ਗਿਆ। ਹੁਣ ਆਪਾਂ ਵੇਖਦੇ ਹਾਂ ਕਿੱਥੇ ਜਾਣਾ, ਦੱਸਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ, ਅੱਜ ਨਹੀਂ ਦੱਸਦੇ। ਸੋ ਮਿਲਦੇ ਹਾਂ ਗਾਈ ਤੁਹਾਨੂੰ ਨੈਕਸਟ ਵੀਡੀਓ, ਥੈਂਕਸ ਫੋਰ ਵਾਚਿੰਗ। ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ, ਪਿਆਰ ਇੱਦੇ ਬਣਾਈ ਰੱਖੋ, ਸਪੋਰਟ ਕਰਦੇ ਰਹੋ। ਮਿਲਦੇ ਹਾਂ ਤੁਹਾਨੂੰ ਜਲਦੀ ਨੈਕਸਟ ਵੀਡੀਓ, ਥੈਂਕਸ ਫੋਰ ਵਾਚਿੰਗ, ਗੁੱਡ ਨਾਈਟ, ਬਾਏ ਬਾਏ, ਟੇਕ ਕੇਅਰ ਗਾਈਜ਼।